ਹੁੰਦੀ ਹੈ, ਕਦੀ ਇੱਧਰ ਨੰਬਰ ਆਉਂਦੇ, ਕਦੀ ਇੱਧਰ ਨੰਬਰ ਆਉਂਦੇ ਆ, ਇੱਧਰੋਂ ਇੱਧਰ ਨਹੀਂ ਨੰਬਰ ਲੱਗਦਾ, ਇੱਧਰੋਂ ਉੱਧਰ ਨਹੀਂ ਨੰਬਰ ਲੱਗਦਾ, ਇੱਧਰੋਂ ਫੇਸਬੁੱਕ ਹੋ ਜਾਂਦਾ, ਇੱਧਰੋਂ ਬੰਦ ਹੋ ਜਾਂਦਾ, ਕਿੰਨੀ ਵਾਰੀ ਇੱਥੇ ਫੇਸਬੁੱਕ ਖੋਲਿਆ ਹੈ, ਉਹ ਜਦੋਂ ਆਨ ਕਰੀਦਾ ਉਹ ਫੇਰ ਬੰਦ ਹੋ ਜਾਂਦਾ, ਫੇਰ ਨਹੀਂ ਚੱਲਦਾ। ਇਹਦਾ ਮਤਲਬ ਇਹੀ ਹੋ, ਮੈਂ ਇੱਧਰ ਭੇਜਣਾ ਚਾਹੁੰਦਾ, ਦਰਖਾਸਤਾਂ ਉੱਧਰ ਭੇਜਣਾ ਚਾਹੁੰਦਾ ਤੇ ਹਿੰਦੁਸਤਾਨ ਵਿੱਚ ਭੇਜਣਾ ਚਾਹੁੰਦਾ ਕਿ ਸਾਰੇ ਹਿੰਦੁਸਤਾਨ ਵਾਲਿਆਂ ਨੂੰ ਪਤਾ ਲੱਗੇ ਪਹਿਲਾਂ ਕੀ ਹੋ ਰਿਹਾ। ਆਹ ਫੋਨ ਦੇ ਵਿੱਚ ਵੀ ਇੱਦਾਂ ਹੈ, ਇਹਦੇ ਵਿੱਚ ਦੋ ਤਿੰਨ ਵਾਰੀ ਕਿੰਨੇ ਪੈਸੇ ਪਾਈਦੇ, ਆਪੇ ਪੈਸੇ ਚੱਲ ਜਾਂਦੇ ਆ। ਔਰ ਮੇਰੀ ਮੰਮੀ ਦਾ ਹੱਥ ਵਾਲਾ ਫੋਨ ਹੈ, ਉਹਦੇ ਵਿੱਚੋਂ ਵੀ ਕਈ ਵਾਰੀ ਪੈਸੇ ਚਲੇ ਗਏ, ਇੱਥੋਂ ਫੋਨ ਨਹੀਂ ਲੱਗਦੇ, ਕਈ ਵਾਰੀ ਉੱਥੋਂ ਫੋਨ ਨਹੀਂ ਲੱਗਦੇ। ਜਦੋਂ ਵੀ ਇੰਪੋਰਟੈਂਟ ਫੋਨ ਕੋਲ ਹੁੰਦਾ ਹੈ, ਇਹਦੇ ਉੱਪਰੋਂ ਨਹੀਂ ਲੱਗਦਾ, ਕਈ ਵਾਰੀ ਉਹਦੇ ਉੱਪਰੋਂ ਨਹੀਂ ਲੱਗਦਾ। ਇਹ ਮਸਲਾ ਕੀ ਹੈ, ਸਰਕਾਰੀ ਕਾਰਵਾਈ ਕੀਤੀ ਜਾਵੇ, ਉਹ ਸਾਰੀਆਂ ਸਰਕਾਰੀ ਕਾਰਵਾਈ ਜਿਹੜੇ ਮੇਰੇ ਅੰਦਰ ਚੀਜ਼ਾਂ ਕੈਦ ਕੀਤੀਆਂ ਗਈਆਂ ਸਨ, ਉਹ ਜਦੋਂ ਇੰਗਲੈਂਡ ਆਉਣ ਤੋਂ ਪਹਿਲਾਂ ਨਹੀਂ ਕੱਢੀਆਂ ਗਈਆਂ ਸਨ, ਇਸ ਕਰਕੇ ਮੈਂ ਉਹਨਾਂ ਦਰਦਾਂ ਦੇ ਉਹਨਾਂ ਦੇ ਦਰਦ ਬਹੁਤ ਸੜੇ ਪੈ ਰਹੇ ਹਨ। ਇੱਥੇ ਘਰ ਵਿੱਚ ਜੋ ਕੁਝ ਵੀ ਹੋ ਰਿਹਾ, ਸਿਕਿਉਰਿਟੀ ਕਾਰਵਾਈ ਤੇ ਨਾਲ ਹੀ CBI, ਜਿਹੜੇ ਵੀ ਪੁਲਿਸ, ਜਿਹੜੇ ਵੀ ਟੌਪ ਸਿਕਿਉਰਿਟੀ ਸਪੈਸ਼ਲਿਸਟ ਡਾਕਟਰ, ਜਿਹੜੇ ਵੀ ਮੇਰੇ ਤੋਂ ਜਲਦੀ ਤੋਂ ਜਲਦੀ ਭੇਜੀ ਜਾਣ, ਇਸ ਕਰਕੇ ਪ੍ਰਧਾਨ ਮੰਤਰੀ ਜੀ ਵਾਲੀ ਉਹ ਦਰਖਾਸਤ ਹੈ, ਉਹ ਜਲਦੀ ਤੋਂ ਜਲਦੀ ਸਾਡੀ ਸੁਣਨ। ਮੈਂ ਤੇ ਮੇਰੀ ਮਾਂ ਦੀ ਤੇ ਪਿੰਡ ਵਾਸੀਆਂ ਦੀ ਸਾਡੇ ਤੋਂ ਜਲਦੀ ਤੋਂ ਜਲਦੀ ਸਾਡੇ ਕੋਲ ਸਾਰੀਆਂ ਕਾਰਵਾਈਆਂ ਭੇਜੀਆਂ ਜਾਣ। ਦੋ ਤਿੰਨ ਘੰਟੇ ਬੈਠ ਕੇ ਮੈਂ ਵੀ ਸੋਚੀ ਜਾਂਦਾ, ਕਦੇ ਪਿੰਡ ਚ ਵੀ ਲਾ ਸਕਦੇ ਆ, ਉੱਥੇ ਵੀ ਲਾ ਸਕਦੇ ਆ, ਇੱਥੇ ਮਰਜ਼ੀ ਲਾ ਸਕਦੇ ਆ, ਇਹ ਵੀ ਸੋਚੀ ਜਾਂਦੀ ਸਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ। ਅਸੀਂ ਇੱਥੇ ਧਰਨਾ ਲਾਉਣਾ ਉੱਥੇ, ਫਿਰ ਪ੍ਰੈਸ ਕਾਨਫਰੰਸ ਵਾਲੇ ਨੂੰ ਪੁੱਛਦੇ ਆ ਇੱਥੇ ਜਾਂ ਉੱਥੇ ਜਾਂ ਉੱਥੇ, ਉਹ ਕਹਿੰਦੇ ਪ੍ਰੈਸ ਕਾਨਫਰੰਸ ਵਾਲੇ ਉੱਥੇ ਹੋਣਾ ਚਾਹੀਦਾ। ਅਸੀਂ ਸਰਪੰਚ ਜੀ ਦੇ ਨਾਲ ਜਾਂਦੇ ਹਾਂ ਵੀ ਤੁਸੀਂ ਧਰਨਾ ਲਾਉਣਾ ਆ, ਧਰਨਾ ਲਾ ਕੇ ਇੱਥੇ ਜਾਂਦੇ ਹਾਂ, ਉੱਥੇ ਪਹਿਲਾਂ ਇੱਥੇ ਇਕੱਠੇ ਹੁੰਦੇ ਹਾਂ, ਸਰਪੰਚ ਜੀ ਨੂੰ ਵੀ ਤੁਸੀਂ ਇੱਥੇ ਆ ਜਾਓ, ਸਰਪੰਚ ਜੀ ਕਹਿੰਦੇ ਅਸੀਂ ਆ ਰਹੇ ਹਾਂ, ਤੁਸੀਂ ਇਕੱਠੇ ਹੋ ਜਾਓ, ਅਸੀਂ ਇਕੱਠੇ ਹੋ ਜਾਂਦੇ ਹਾਂ। ਅਸੀਂ ਕਹਿੰਦੇ ਤੁਸੀਂ ਸਰਪੰਚ ਤੇ ਪੰਚਾਇਤ ਵਾਲੇ ਭੇਜ ਦਿਓ ਥੋੜੇ ਜਾਣੇ, ਜੇ ਤੁਸੀਂ ਨਹੀਂ ਆ ਸਕਦੇ ਅਸੀਂ ਇੱਥੋਂ ਇਕੱਠੇ ਹੋ ਕੇ, ਪੰਚਾਇਤ ਵਾਲੇ ਹੁਣ ਉਹਨੂੰ ਪਤਾ ਲੱਗਦਾ ਸਾਰੇ ਪਿੰਡ ਵਾਲੇ ਆ ਜਾਂਦੇ ਆ, ਅਸੀਂ ਇਕੱਠੇ ਹੋ ਕੇ ਚੱਲ ਜਾਂਦੇ ਹਾਂ। ਉਹ ਫਿਰ ਕਰਦੇ ਕਰਦੇ ਦੋ ਤਿੰਨ ਵਾਰੀ ਫੋਨ ਕੀਤਾ, ਪੰਚਾਇਤ ਵਾਲੇ ਨਹੀਂ ਆਏ, ਫਿਰ ਉਹ ਕਹਿੰਦੇ ਉੱਥੇ ਪਹੁੰਚ ਜਾਓ। ਅਸੀਂ ਉੱਥੇ ਪਹੁੰਚ ਗਏ, ਉਹ ਫਿਰ DC ਦਫ਼ਤਰ ਬੈਠੇ, ਅਸੀਂ ਇੱਧਰ ਬੈਠੇ, ਏਦਾਂ ਇੱਧਰ ਇੱਧਰ ਜਾਂਦਿਆਂ ਦੋ ਤਿੰਨ ਘੰਟਿਆਂ ਬਾਅਦ ਪਤਾ ਇਹ ਲੱਗਾ ਵੀ ਉੱਥੋਂ ਪਰਮਿਸ਼ਨ ਲੈਣੀ ਪੈਂਦੀ ਤੇ ਉੱਥੋਂ ਇੱਦਾਂ ਜਾਣਾ ਪੈਂਦਾ। ਉਹ DC ਜਿਹੜਾ ਦਫ਼ਤਰ ਸੀਗਾ ਉਹ ਉੱਧਰ ਹੀ, ਇੱਕ ਦਿਨ ਪਹਿਲਾਂ ਸਾਡੇ ਕੋਲ DC ਜਿਹੜਾ ਸੀਗਾ ਉਹ ਚੇਂਜ ਹੋ ਕੇ ਬਦਲ ਗਿਆ, ਉਧਰੋਂ ਦੀ ਘੁੰਮ ਕੇ ਉਧਰ ਗਏ। ਉੱਥੇ ਜਾ ਕੇ ਫਿਰ ਮੈਂ ਦਰਖਾਸਤਾਂ ਦੇ ਹਿਸਾਬ ਨਾਲ ਉਹਨਾਂ ਨੂੰ ਫੇਰ ਸਮਝਾਤਾ, ਉਹ ਜਿਹੜੇ ਜਲੰਧਰ ਪੁਲਿਸ ਸਟੇਸ਼ਨ ਵਾਲੇ ਹੈੱਡ ਨੇ ਉਹਨਾਂ ਨੂੰ ਫੇਰ ਸਮਝਾਤਾ। ਹੁਣ ਮੇਰੇ ਦਰਦ ਇੰਨੇ ਹੋ ਰਹੇ, ਉਹ ਮੈਨੂੰ ਦੱਸੀ ਜਾਂਦਾ ਵੀ ਮੈਨੂੰ ਏਦਾਂ ਏਦਾਂ ਦੀਆਂ ਇੱਥੇ ਐਪਲੀਕੇਸ਼ਨਾਂ ਪਾਈਆਂ ਲੀਡਰਾਂ ਨੂੰ, ਮੈਨੂੰ ਤਾਂ ਉਧਰੋਂ ਸਰਕਾਰ ਜਿਹੜੇ ਮੈਨੂੰ ਆ ਕੇ ਸੁਣ ਸਕਣ ਤੇ ਮੈਨੂੰ ਸਮਝ ਸਕਣ, ਉਹ ਵੀ ਏਦਾਂ ਏਦਾਂ ਕਰੀ ਜਾਂਦੇ, ਕਹਿੰਦੇ ਪਰਚੀ ਲੈ ਕੇ ਭੇਜੋ, ਆਹ ਤਾਂ ਮੈਨੂੰ ਆ ਜਦੋਂ ਮੈਂ ਸਮਝ ਨੂੰ ਦਿਖਾਈ ਜਾਂਦਾ, ਮੈਂ ਲੀਡਰਾਂ ਨੂੰ ਪਈ ਆ, ਮੈਂ ਤੁਹਾਨੂੰ ਕੀ ਕਹਾਂ। ਕਿਸੇ ਵੀ ਕਰਮਚਾਰੀ ਨੇ ਸਹੀ ਗਾਈਡੈਂਸ ਨਹੀਂ ਦਿੱਤੀ, ਕਿਸੇ ਦੇ ਵੀ ਨਹੀਂ ਸਹੀ ਗਾਈਡੈਂਸ, ਸਾਨੂੰ ਵੀ ਹੁਣ ਇੱਥੇ ਪਤਾ ਨੀ ਲੱਗਦਾ ਕਿੱਧਰ ਜਾਈਏ ਤੇ ਕਿੱਥੋਂ ਜਾਈਏ, ਕਿੱਧਰ ਕੋਈ ਕਹਿੰਦਾ ਇੱਧਰ ਨੂੰ ਜਾਓ, ਕੋਈ ਕਹਿੰਦਾ ਇੱਧਰ ਨੂੰ ਜਾਓ। ਹੁਣ ਜੇ ਹੁਣ ਅਖਬਾਰਾਂ ਵਾਲੇ ਕੋਈ ਜਾਈਏ, ਉਹ ਕਹਿੰਦੇ ਅਸੀਂ ਸਾਰਾ ਮੀਡੀਆ ਲੈ ਆਉਂਦੇ ਹਾਂ, ਅਸੀਂ ਤੁਹਾਡੀ ਪ੍ਰੈਸ ਕਾਨਫਰੰਸ ਕਰ ਦਿੰਦੇ ਹਾਂ, ਉਹ ਪਰ ਖ਼ਬਰ ਜਿਹੜੀ ਆਉਂਦੀ ਹੈ ਜਲੰਧਰ ਪੇਪਰਾਂ ਵਿੱਚ ਛਪਦੀ ਹੈ, ਪਰ ਜਿਹੜੀ ਜਿਹੜੀ TV ਵਾਲੀ ਹੈ ਜਿਹੜੀ ਉਹ ਸਾਰੇ ਹਿੰਦੁਸਤਾਨ ਛਪਦੀ ਹੈ। ਪਰ TV ਵਾਲੇ ਵੀ ਏਦਾਂ ਆਉਂਦੇ ਨੇ, ਦੋ ਪੰਜ ਸਾਨੂੰ ਕਹਿੰਦੇ 30-35 ਆਉਣਗੇ, ਉੱਥੇ ਬੁੱਧੇ 10 ਬੰਦੇ ਆਉਂਦੇ ਹੁੰਦੇ ਆ, ਅਸੀਂ ਫੇਰ ਵੀ ਪ੍ਰੈਸ ਕਾਨਫਰੰਸ ਕਰ ਦਿੰਦੇ ਹਾਂ, ਪਰ ਅਖ਼ਬਾਰਾਂ ਵਿੱਚ ਫੇਰ ਵੀ ਆ ਜਾਂਦਾ। ਹੁਣ ਸਾਨੂੰ ਇਹਨਾਂ ਨੇ ਦੁਬਾਰਾ ਫੇਰ ਫੋਨ ਕੀਤਾ, ਮੈਂ ਇਹਨਾਂ ਨੂੰ ਫੇਰ ਸਮਝਾਇਆ ਵੀ ਸਾਨੂੰ ਵਾਲੀ ਕਾਰਵਾਈ ਵਾਪਸ ਗਈ, ਅਸੀਂ ਇੱਕ ਦਿਨ ਗਏ ਉੱਥੇ ਵੀ ਤੁਸੀਂ ਸਾਨੂੰ ਦੱਸੋ ਅਸੀਂ ਹੁਣ ਗਾਂਹ ਹੋਰ ਕੀ ਕਰੀਏ, ਅਸੀਂ ਇਹ ਸੋਚ ਰਹੇ ਅਸੀਂ ਇੱਦਾਂ ਲੀਡਰ ਕੋਲ ਜਾਈਏ ਜਾਂ ਚੰਡੀਗੜ੍ਹ ਜਾਈਏ, ਅਸੀਂ ਉੱਥੇ ਜਾਣਾ ਜਾਂ ਉੱਥੇ ਜਾਣਾ, ਅਸੀਂ ਇੱਦਾਂ ਇੱਦਾਂ MP ਨਾਲ MLA ਨਾਲ ਗੱਲ ਕਰ ਰਹੇ ਹਾਂ। ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਏਦਾਂ ਕਰੋ, ਏਦਾਂ ਕਰੋ, ਸਾਨੂੰ ਪਤਾ ਹੈ ਅਸੀਂ ਲੀਡਰ ਨੂੰ ਪਾਈਆਂ ਟਾਈਮ ਲੱਗਣਾ, ਪਰ ਜਿਹਨਾਂ ਦੇ ਦਰਦ ਹੁੰਦੇ ਆ ਤਾਂ ਇੱਦਾਂ ਮੇਰੀ ਮਾਂ ਕਰਦੀ ਹੈ ਤੇ ਮੈਂ ਇੱਥੇ ਹਾਂ, ਸਾਨੂੰ ਤਾਂ ਉੱਧਰ ਨੂੰ ਕਰਨਾ ਪੈਣਾ ਸਾਥ ਦੇ ਕੇ ਪਿੰਡ ਵਾਲਿਆਂ ਦਾ, ਉੱਥੋਂ ਹੁਣ ਅਸੀਂ ਫੇਰ ਇੱਥੇ ਆ ਜਾਂਦੇ ਹਾਂ।
ਪ੍ਰੈਸ ਕਾਨਫਰੰਸ ਬੁਲਾਉਣ ਦੀ ਬਣਾਉਣ ਇੱਥੋਂ ਤੇ ਪਹੁੰਚੀ ਕਿ ਸ਼ਾਇਦ ਸਾਡੀ ਸੁਣਾਈ ਹੋ ਸਕੇ। ਹਾਂਜੀ ਵੀ ਆਪਣੀ ਜਿਹੜੀ ਕਾਰਵਾਈ ਹੈ ਨਾ, ਕਾਰਵਾਈ ਸਕਿਉਰਟੀ ਦਾ ਮਸਲਾ ਜਿਹੜਾ ਸਪੈਸ਼ਲਿਸਟ ਦਾ, ਉਹ ਸਾਡੇ ਕੋਲ ਜਲਦੀ ਆਇਆ ਜਿਹਦੇ ਵਿੱਚ ਆਪਾਂ ਮੰਗ ਕੀਤੀ ਹੈ। ਇਹਦੀ ਸਾਨੂੰ ਲੋੜ ਹੈ ਜਿਹੜੀਆਂ ਚੀਜ਼ਾਂ ਫਿੱਟ ਕੀਤੀਆਂ ਉਹ ਕੱਢੀਆਂ ਜਾਣ ਤੇ ਅਸੀਂ ਮੈਂ ਠੀਕ ਹੋ ਸਕਾਂ, ਆਪਣੇ ਆਪ ਵਿੱਚ ਆ ਸਕਾਂ, ਇਸ ਸਪੈਸ਼ਲਿਸਟ ਆਈ ਜਾਣ ਤੇ ਕਾਰਵਾਈ ਵੀ ਆਈ ਜਾਵੇ। ਸੀ ਬੀ ਆਈ ਮੇਰੇ ਨਾਲ ਉੱਥੇ ਹੋਇਆ ਕਿ ਇੱਥੇ ਇਹਦੀਆਂ ਚੀਜ਼ਾਂ ਉੱਥੇ ਫਿੱਟ ਕੀਤੀਆਂ ਸੀ, ਕੱਢੀਆਂ ਨੀ ਗਈਆਂ, ਉਹ ਮੇਰੇ ਨਾਲ ਇੱਥੇ ਪਹੁੰਚੀਆਂ ਇੱਥੇ ਮੇਰੇ ਅੰਦਰ, ਉਹਨਾਂ ਨੂੰ ਕੱਢਿਆ ਜਾਵੇ ਤੇ ਮੈਂ ਆਪਣੇ ਉਹਨਾਂ ਨਾਲ ਸਪੈਸ਼ਲ ਸਰਕਾਰ ਦੇ ਵੱਡੇ ਵੱਡੇ ਸਪੈਸ਼ਲਿਸਟ ਉਹਦੇ ਭੇਜੇ ਜਾਣ ਤੇ ਕਾਰਵਾਈ ਵੀ ਕੀਤੀ ਜਾਵੇ ਉਹਨਾਂ ਦੇ। ਸੀ ਬੀ ਆਈ ਜਿਹੜੇ ਟੋਪ ਵਿੱਚ ਸਰਕਾਰ ਦੀ ਪੁਲਿਸ ਹੈ, ਉਹ ਜਿਹੜੇ ਸਮਝਣ ਵਾਲੇ ਨੇ ਮੈਨੂੰ ਸਮਝ ਸਕਣ ਤੇ ਮੈਂ ਇਹਨਾਂ ਨੂੰ ਕੀ ਕਹਿੰਦਾ ਤੇ ਕਿੱਥੇ ਕਿੱਦਾਂ ਕਿੱਥੇ ਕਿੱਦਾਂ ਮੇਰੇ ਨਾਲ ਉੱਥੇ ਕੀ ਹੋਇਆ ਤੇ ਇੱਥੇ ਕੀ ਹੋਇਆ ਤੇ ਕਿੱਥੇ ਕਿੱਥੇ ਮੇਰੇ ਕੱਟ ਆਏ ਤੇ ਕਿੱਥੇ ਕਿੱਥੇ ਮੇਰੇ ਏਦਾਂ ਏਦਾਂ ਦੀਆਂ ਚੀਜ਼ਾਂ ਫਿੱਟ ਕੀਤੀਆਂ, ਕਿੱਥੇ ਕਿੱਥੇ ਮੇਰੇ ਦਰਦ ਆਉਂਦੇ ਨੇ। ਇਸ ਕਰਕੇ ਉੱਥੇ ਬਹੁਤ ਚੀਜ਼ਾਂ ਫਿੱਟ ਕੀਤੀਆਂ ਸਨ, ਉਹ ਚੀਜ਼ਾਂ ਉਹਨਾਂ ਦੇ ਵਿੱਚੋਂ ਚੀਜ਼ਾਂ ਉਹਨਾਂ ਨੇ ਕੱਢੀਆਂ ਨੀ, ਉਹ ਇੱਥੇ ਇਹਦੇ ਵਿੱਚ ਇੱਥੇ ਵੀ ਮੈਨੂੰ ਬਹੁਤ ਹੋਰ ਤਰ੍ਹਾਂ ਦੇ ਦਰਦ ਸਹਿਣੇ ਪੈ ਰਹੇ ਹਨ। ਇਸ ਕਰਕੇ ਮੈਂ ਬਹੁਤ ਦਰਖਾਸਤਾਂ ਭੇਜ ਚੁੱਕਾ, ਮੈਂ ਬਹੁਤ ਵਾਰੀ ਉਹਨਾਂ ਦੇ ਵਾਰ ਵਾਰ ਜਾ ਚੁੱਕਾ, ਟੀਵੀਆਂ ਵੱਲ ਵੀ ਜਾ ਚੁੱਕਾ, ਅਖਬਾਰਾਂ ਵੱਲ ਵੀ, ਪ੍ਰੈਸ ਕਾਨਫਰੰਸ ਇੱਧਰ ਧਰਨੇ ਲਈ ਵੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਮੰਗ ਮੇਰੀ ਇਹੀ ਹੋਈ ਹੈ, ਮਤਲਬ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਜੀ ਵੱਲ ਇਹੋ ਹੀ ਦਰਖਾਸਤ ਹੈ, ਮੈਂ ਤੇ ਮੇਰੇ ਮੰਮੀ ਜੀ ਸਾਡੇ ਦੋਨਾਂ ਦੇ ਵੱਲੋਂ ਸਾਨੂੰ ਪਲੀਜ਼ ਕਿਰਪਾ ਕਰਕੇ ਜਲਦੀ ਤੋਂ ਜਲਦੀ ਬੇਨਤੀ ਹੈ ਕਿ ਸਾਨੂੰ ਸਪੈਸ਼ਲਿਸਟ ਭੇਜੇ ਜਾਣ, ਸਕਿਉਰਟੀ ਭੇਜੀ ਜਾਣ, ਕਾਰਵਾਈ ਜਿਹੜੇ ਵੀ ਟੋਪ ਸਕਿਉਰਟੀ ਪੁਲਿਸ ਸੀ ਬੀ ਆਈ ਜਿਹੜੇ ਸਮਝ ਸਕਣ ਸਾਡੇ ਨਾਲ ਉੱਥੇ ਕੀ ਹੋਇਆ ਇੱਥੇ ਕੀ ਹੋਇਆ, ਤੇ ਅਸੀਂ ਦੋਵੇਂ ਸੁਪਰੀਮ ਕੋਰਟ ਜਾਣ ਲਈ ਤਿਆਰ ਹਾਂ, ਜਿਹੜੀ ਮਰਜ਼ੀ ਅਦਾਲਤ ਕੋਰਟ ਵੱਡੀ ਹਿੰਦੁਸਤਾਨ ਦੀ ਉਹਦੇ ਜਾਣ ਲਈ ਤਿਆਰ ਹਾਂ। ਇਹ ਸਰਕਾਰੀ ਮਸਲਾ ਹੈ, ਉੱਥੇ ਦੀਆਂ ਜ਼ਿਲ੍ਹਾ ਸਰਕਾਰ ਦੀਆਂ ਹਨ, ਜਿੱਦਾਂ ਮਰਜ਼ੀ ਉਹ ਕਹਿਣ ਜਾਂ ਕਹਿਣ, ਆਪਾਂ ਨੂੰ ਪਤਾ ਹੈ ਜਿਹੜਾ ਮੇਰਾ ਸਰੀਰ ਵਿੱਚ ਇੱਥੇ ਦੀ ਕੋਈ ਵੀ ਮਸ਼ੀਨ ਜਿਹੜੇ ਸਪੈਸ਼ਲ ਸਰਕਾਰੀ ਆ ਜਾਣ ਇੱਕ ਮਹੀਨੇ ਲਈ, ਉਹ ਜਿੱਦਾਂ ਮਰਜ਼ੀ ਮੈਨੂੰ ਚੈੱਕ ਕਰਨ ਜਾਂ ਡੈਕ ਦਿਨ ਦੇ ਵਿੱਚ ਉਹਨੂੰ ਪਤਾ ਲੱਗ ਚੁੱਕਾ ਮੇਰੇ ਅੰਦਰ ਕਿਹੜੀਆਂ ਚੀਜ਼ਾਂ ਫਿੱਟ ਕੀਤੀਆਂ ਸਨ, ਉਹ ਮੇਰੇ ਚੀਜ਼ਾਂ ਫਿੱਟ ਕੀਤੀਆਂ ਕੀਤੀਆਂ ਸਨ, ਉੱਥੇ ਕੱਢੀਆਂ ਨਹੀਂ ਗਈਆਂ, ਉਹ ਇੱਥੇ ਮੇਰੇ ਅੰਦਰ ਹਨ। ਇਸ ਕਰਕੇ ਮੈਂ ਬਹੁਤ ਦੁੱਖਾਂ ਦਰਦਾਂ ਦੇ ਦਰਦ ਬਹੁਤ ਆ ਰਹੇ ਹਨ, ਉਹਨਾਂ ਨੂੰ ਜਲਦੀ ਤੋਂ ਜਲਦੀ ਕਾਰਵਾਈ ਮੇਰੇ ਕੋਲ ਭੇਜਣੀ ਚਾਹੀਦੀ ਹੈ ਤੇ ਮੇਰੀ ਮਾਂ ਤੇ ਮੈਂ ਤੇ ਮੇਰੀ ਮਾਂ ਇਸ ਘਰ ਦੇ ਸਸਰਾਪੁਰ ਦੇ ਘਰ ਦੇ ਵਾਸੀ 186 ਦੇ ਹਾਂ ਤੇ ਅਸੀਂ ਇੱਥੇ ਹੁੰਦੇ ਦਿਨ ਰਾਤ ਨੂੰ, ਤੇ ਸਾਡੇ ਕੋਲ ਜਲਦੀ ਤੋਂ ਜਲਦੀ ਸਾਨੂੰ ਕੰਟੈਕਟ ਕੀਤਾ ਜਾਵੇ ਤੇ ਸਾਡੇ ਵਿੱਚੋਂ ਚੀਜ਼ਾਂ ਮੇਰੇ ਵਿੱਚੋਂ ਚੀਜ਼ਾਂ ਫਿੱਟ ਜਿਹੜੀ ਕੀਤੀਆਂ ਸਨ ਉਹ ਵਿੱਚ ਹਨ ਉਹ ਕੱਢੀਆਂ ਜਾਣ ਤੇ ਮੈਨੂੰ ਸਵਾਲ ਜਵਾਬ ਸਿੱਧੇ ਤੋਂ ਸਿੱਧੇ ਜਲਦੀ ਤੋਂ ਜਲਦੀ ਆ ਕੇ ਕੀਤੇ ਜਾਣ। ਮੇਰਾ ਨੰਬਰ ਵੀ ਉਹਦੇ ਕੋਲ ਹੈ, ਸਾਡੇ ਘਰ ਦਾ ਨੰਬਰ ਵੀ ਹੈ, ਸਾਡੀ ਦਰਖਾਸਤਾਂ ਦੇ ਉੱਤੇ ਹੈ, ਸਾਡਾ ਐਡਰੈਸ ਵੀ ਹੈ, ਉਹ ਸਾਰੇ ਮੇਰੇ ਡੈਡੀ ਜਗਜੀਤ ਸਿੰਘ ਕਲਾਂ ਨੂੰ ਜਾਣਦੇ ਹਨ। ਇਸ ਕਰਕੇ ਮੈਨੂੰ ਇੱਥੇ ਵੀ ਮੇਰੇ ਪਤਾ ਬਹੁਤ ਪਤਾ ਲੱਗਦਾ ਹੈ, ਸਾਰੇ ਵੱਡੇ ਵੱਡੇ ਜਿਹੜੇ ਸਰਕਾਰੀ ਤੇ ਹੋਰ ਵੀ ਦੁਨੀਆਂ ਦੇ ਇੰਗਲੈਂਡ ਦੇ ਬੰਦੇ, ਇੰਡੀਆ ਦੇ ਬੰਦੇ ਜਿਹੜੇ ਵੱਡੇ ਨੇ ਉਹ ਵੀ ਸਾਡੇ ਡੈਡੀ ਵੀ ਜਾਣਦੇ ਹਨ। ਇਸ ਕਰਕੇ ਫੇਰ ਵੀ ਮੈਂ ਬਹੁਤ ਸਾਲਾਂ ਬਾਅਦ ਇੱਥੇ ਆਇਆ, ਮੈਂ ਨਿੱਕਾ ਹੁੰਦਾ ਛੋਟਾ ਹੁੰਦਾ ਉੱਥੇ ਚਲੇ ਗਿਆ ਸੀਗਾ, ਜੋ ਵੀ ਮੇਰੇ ਨਾਲ ਉੱਥੇ ਹੋਇਆ ਮੇਰੇ ਨਾਲ ਬਹੁਤ ਧੋਖਾ ਕੀਤਾ ਗਿਆ। ਇਸ ਕਰਕੇ ਮੈਂ ਫੇਰ ਵੀ ਸੱਚੇ ਦਿਲ ਦਾ ਇਨਸਾਨ ਹਾਂ, ਮੈਂ ਕਹਿੰਦਾ ਸਰਕਾਰੀ ਟੋਪ ਪੁਲਿਸ ਮੇਰੇ ਤੋਂ ਸਕਿਉਰਟੀ ਆਈ ਜਾਵੇ ਤੇ ਨਾਲੇ ਮੇਰੇ ਤੋਂ ਸਪੈਸ਼ਲ ਭੇਜੇ ਜਾਣ ਤੇ ਮੈਂ ਸੱਚੀਆਂ ਗੱਲਾਂ ਕਰਨ ਲਈ ਉਹਨਾਂ ਨੂੰ ਤਿਆਰ ਹਾਂ। ਇਹਦੇ ਵਿੱਚ ਕੋਈ ਗਲਤ ਗੱਲ ਨਹੀਂ, ਪਰ ਉੱਥੇ ਜਿਹੜਾ ਮੇਰਾ ਸਰਕਾਰੀ ਮਾਮਲੇ ਇੱਥੇ ਦੇ ਨੇ, ਵੱਡੇ ਵੱਡੇ ਸਰਕਾਰੀ ਇੱਥੇ ਸਪੈਸ਼ਲਿਸਟ ਦੇ ਉਮਰ ਤੋਂ ਭੇਜੇ ਜਾਣ, ਸੀ ਬੀ ਆਈ ਜੋ ਵੀ ਇੱਥੇ ਦੀ ਪੁਲਿਸ ਹੈਗੀ ਹੈ ਟੋਪ ਮੇਰੇ ਤੋਂ ਭੇਜੀ ਜਾਵੇ ਤੇ ਸਵਾਲ ਕੀਤੇ ਜਾਣ ਤੇ ਮੈਂ ਉਹਨਾਂ ਨੂੰ ਉਧਰ ਦੀ ਗੱਲ, ਕਿਉਂਕਿ ਇੱਦਾਂ ਦੀਆਂ ਗੱਲਾਂ ਇੱਥੇ ਸਮਝਣ ਵਾਲੇ ਲੋਕੀ ਬਹੁਤ ਘੱਟ ਹਨ, ਜੋ ਮੈਂ ਉੱਥੇ ਹੋਇਆ ਤਾਂ ਕਹਿ ਨਹੀਂ ਸਕਦਾ। ਹੋਰ ਵੀ ਅੱਖਾਂ ਦੇ ਸਪੈਸ਼ਲਿਸਟ ਨੇ ਵੀ ਪ੍ਰੂਫ ਤੱਕਿਆ ਸੀਗਾ, ਮੈਂ ਉਹ ਵੀ ਸਾਰਿਆਂ ਨੂੰ ਕਹਿ ਚੁੱਕਾ, ਰਿਪੋਰਟਰਾਂ ਨੂੰ ਵੀ ਦੱਸ ਚੁੱਕਾ। ਇਸ ਕਰਕੇ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਮੈਨੂੰ ਕੀ ਕਿਹਾ, ਪਰ ਮੈਨੂੰ ਪਤਾ ਹੈ ਮੇਰੇ ਨਾਲ ਉੱਥੇ ਕੀ ਹੋਇਆ ਤੇ ਇੱਥੇ ਕੀ ਹੋਇਆ। ਇਸ ਕਰਕੇ ਮੈਂ ਇੱਥੇ ਹੋਰ ਵੀ ਇੱਥੇ ਐਵੀਡੈਂਸ ਨੇ, ਇੱਥੇ ਗੜਬੜ ਹੋ ਚੁੱਕੀ ਹੈ। ਇਸ ਕਰਕੇ ਮੈਂ ਮੇਰੀ ਮਾਂ ਬਜ਼ੁਰਗ ਹੈ, ਮੈਂ ਇਹਨੂੰ ਥੋੜਾ ਘੱਟ ਕਹਿੰਦਾ ਹਾਂ, ਪਰ ਮੈਨੂੰ ਫੇਰ ਵੀ ਪਤਾ ਜਿਹੜੀਆਂ ਚੀਜ਼ਾਂ ਉੱਥੇ ਮੇਰੇ ਫਿੱਟ ਕੀਤੀਆਂ ਸਨ ਉੱਥੇ ਉਹਨਾਂ ਨੇ ਕੱਢੀਆਂ ਨਹੀਂ, ਇੱਥੇ ਮੇਰੀ ਚੀਜ਼ਾਂ ਵਾਲੀਆਂ ਉੱਥੇ ਉਹ ਜਿਹੜੀਆਂ ਚੀਜ਼ਾਂ ਕੱਢੀਆਂ ਨਹੀਂ ਮੇਰੇ ਵਿੱਚ ਅੰਦਰ ਫਿੱਟ ਕੀਤੀਆਂ, ਉਹ ਜਿਹੜੀਆਂ ਹਾਲੇ ਵੀ ਮੇਰੇ ਵਿੱਚ ਹਨ।
ਇਸ ਕਰਕੇ ਮੈਂ ਬਹੁਤ ਦਰਦ ਸਹਿਣੇ ਮੈਂ ਦਰਦ ਸਹਿ ਰਿਹਾ ਹਾਂ, ਮੈਨੂੰ ਬਹੁਤ ਦਰਦ ਸਹਿਣੇ ਪੈ ਰਹੇ ਹਨ। ਮੈਂ ਫੇਰ ਵੀ ਇੱਥੇ ਕੁਛ ਚੀਜ਼ਾਂ ਇੱਥੇ ਤੇ ਆਪਣੇ ਮੇਰੇ ਪਿੰਡ ਦੇ ਵਾਸੀ ਨੂੰ ਦਿਖਾ ਦਿੰਦਾ ਹਾਂ, ਪਰ ਫੇਰ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਮੈਂ ਘੱਟੋ ਘੱਟ ਕਿਸੇ ਸਿਕਿਉਰਿਟੀ ਜਾਂ ਸਰਕਾਰੀ ਪੁਲਿਸ ਨੂੰ ਦੱਸਾਂਗਾ ਜਿਹੜੇ ਉਹ ਸਰਕਾਰੀ ਉੱਥੇ ਦੇ ਨੇ। ਇਸ ਕਰਕੇ ਮੈਂ ਫੇਰ ਵੀ ਮੰਗ ਇਹੀ ਕਰਦਾ ਜਲਦੀ ਤੋਂ ਜਲਦੀ ਉਹ ਤਿੰਨ ਚੀਜ਼ਾਂ ਭੇਜੀਆਂ ਜਾਣ, ਸਿਕਿਉਰਿਟੀ ਕਾਰਵਾਈ ਪੁਲਿਸ ਤੇ ਮਹਾਂ ਡਾਕਟਰ ਸਪੈਸ ਭੇਜੇ ਜਾਣ, ਮੇਰੇ ਚੈੱਕਅਪ ਕਰਾਏ ਜਾਣ, ਸਵਾਲ ਜਵਾਬ ਕੀਤੇ ਜਾਣ। ਮੈਂ ਸਾਰੇ ਸਵਾਲ ਜਵਾਬ ਕਰਨ ਲਈ ਤਿਆਰ ਹਾਂ, ਬਸ ਜਲਦੀ ਤੋਂ ਜਲਦੀ ਕਾਰਵਾਈ ਭੇਜੀ ਜਾਵੇ ਤੇ ਮੇਰੀ ਮਾਂ ਦੀ ਸੁਣਾਈ ਵੀ ਕੀਤੀ ਜਾਵੇ, ਇਹਨੂੰ ਵੀ ਪਤਾ ਲੱਗੇ, ਇਹਦੇ ਵੀ ਚੈੱਕਅਪ ਕੀਤੇ ਜਾਣ, ਇਹਨੂੰ ਵੀ ਪਤਾ ਲੱਗੇ ਵਿਚਾਰੀ ਜਦੋਂ ਕੀ ਗੁਜ਼ਰੀ ਹੈ। ਜੇ ਮੇਰੇ ਉੱਤੇ ਜੇ ਏਦਾਂ ਗੁਜ਼ਰੀ ਹੈ, ਮੇਰੇ ਆਉਣ ਤੋਂ ਪਹਿਲਾਂ ਵੀ ਮੇਰੇ ਡੈਡੀ ਦੀ ਕਹਿੰਦੇ ਨੇ ਏਦਾਂ ਗੁਜ਼ਰ ਗਏ ਹਨ। ਇਸ ਕਰਕੇ ਮੇਰੇ ਆਉਣ ਤੇ ਇਹ ਵੀ ਗੱਲ ਸੰਤ ਮੈਨੂੰ ਇਹ ਵੀ ਨੀ ਪਤਾ ਸੀਗਾ, ਕਦੀ ਕਦੀ ਇਹਦਾ ਪਤਾ ਵੀ ਲੱਗਦਾ ਸੀਗਾ ਕਿ ਸ਼ਾਇਦ ਮੇਰੇ ਡੈਡੀ ਜੀ ਗੁਜ਼ਰ ਗਏ ਹਨ ਜਾਂ ਨਹੀਂ ਗੁਜ਼ਰ ਗਏ ਸਨ, ਕਿਉਂਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਸੀਗਾ ਮੇਰੇ ਭਰਾ ਨੇ ਮੈਨੂੰ ਇੱਕ ਵਾਰੀ ਮੈਂ ਆਪ ਨੂੰ ਫੋਨ ਕੀਤਾ, ਉਹਨੇ ਮੈਨੂੰ ਕਿਹਾ ਤੈਨੂੰ ਪਤਾ ਨੀ ਡੈਡੀ ਜੀ ਗੁਜ਼ਰ ਗਏ ਹਨ, ਤਿੰਨ ਮਹੀਨੇ ਹੋ ਗਏ, ਮੈਂ ਤਿੰਨ ਮਹੀਨੇ ਪਹਿਲਾਂ ਗੁਜ਼ਰ ਗਏ ਹਾਂ ਤੇ ਮੈਨੂੰ ਕਿਸੇ ਨੇ ਫੋਨ ਨੀ ਕੀਤਾ। ਇਸ ਕਰਕੇ ਮੈਨੂੰ ਥੋੜਾ ਜਿਹਾ ਬਹੁਤ ਦੁੱਖ ਦਰਦ ਜੇ ਲੱਗੇ, ਪਰ ਫੇਰ ਵੀ ਮੈਨੂੰ ਪਤਾ ਲੱਗ ਗਿਆ ਇਹ ਕਿੱਦਾਂ ਦੀ ਗੱਲ ਹੈ, ਮੈਨੂੰ ਕਿਸੇ ਨੇ ਦੱਸਿਆ ਕਰਦਾ ਜੀ, ਮੈਂ ਫੇਰ ਵੀ ਫੋਨ ਥੱਲੇ ਰੱਖ ਦਿੱਤਾ। ਪਰ ਹੁਣ ਜਦੋਂ ਮੈਂ ਵਾਪਸ ਆਇਆ ਪੂਰਨ ਦੇ ਮੰਮੀ ਤੇ ਮੈਂ ਇੱਥੇ ਇਸ ਘਰ ਦੇ ਵਾਸੀ ਹਾਂ, ਇਸੇ ਘਰ ਦੇ ਵਿੱਚ ਰਹੇ, ਜਿੱਥੇ ਵੀ ਅਸੀਂ ਗਏ ਦੋਨੇ ਗਏ ਆ, ਜਾਂ ਮੈਂ ਗਿਆ ਨਾ ਜਲੰਧਰ ਛਾਉਣੀ ਤੱਕ ਹੀ ਗਿਆ। ਇਸ ਕਰਕੇ ਕਿਉਂਕਿ ਮੇਰੇ ਮਸਲੇ ਜਿਹੜੇ ਮੇਰੇ ਅੰਦਰ ਚੀਜ਼ਾਂ ਫਿੱਟ ਕੀਤੀਆਂ ਸਾਲ ਗੱਡੀਆਂ ਨੀ ਗਈਆਂ, ਉਹਨਾਂ ਦੇ ਮਸਲੇ ਦੇ ਵਿੱਚ ਹੀ ਮੈਂ ਇੱਧਰ ਉੱਧਰ ਜਾਂਦਾ, ਹੋਰ ਮੇਰੇ ਤੋਂ ਕੋਈ ਧਰਨੀ ਹੈ ਨੀ। ਬਸ ਮੇਰੇ ਤੋਂ ਇਹ ਵੀ ਆ ਮੇਰੇ ਤੋਂ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਮੈਂ ਮੰਗ ਕੀਤੀਆਂ ਦੋਨੋਂ ਚੀਜ਼ਾਂ ਉਹ ਮੇਰੇ ਤੋਂ ਭੇਜੀਆਂ ਜਾਣ ਤੇ ਮੈਂ ਸਾਰੀ ਚੀਜ਼ਾਂ ਫਿੱਟ ਕੀਤੀਆਂ ਜਿਹੜੀਆਂ ਚੈੱਕਅਪ ਕੀਤੇ ਜਾਣ, ਡਾਕਟਰਾਂ ਦੇ ਨਾਲ ਸਪੈਸ਼ਲ ਮਸ਼ੀਨਾਂ ਮਸ਼ੂਨਾਂ ਦੇ ਨਾਲ ਤੇ ਉਹ ਵਿੱਚੋਂ ਕੱਢੀਆਂ ਜਾਣ, ਤੇ ਮੈਂ ਤੇ ਮੇਰੀ ਮਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਰਲ ਜ਼ਿੰਦਗੀ ਜੀ ਸਕੀਏ, ਇਹਦਾ ਵੀ ਅਸੀਂ ਦਾ ਚੈੱਕਅਪ ਕੀਤੇ ਜਾਣ, ਸਾਰੇ ਸਵਾਲ ਜਵਾਬ ਕੀਤੇ ਜਾਣ ਤੇ ਮੇਰੇ ਮਸ਼ੀਨਾਂ ਦੇ ਨਾਲ ਚੈੱਕਅਪ ਸਕੈਨ ਜਿਹੜੀਆਂ ਵੀ ਮਰਜ਼ੀ ਤਰੀਕੇ ਦੇ ਨਾਲ ਮੈਨੂੰ ਸਵਾਲ ਜਵਾਬ ਕਰਕੇ ਕਿੱਥੇ ਦਰਦ ਕਿੱਥੇ ਘੱਟ ਆਏ ਸੀ, ਕਿਹੜੇ ਕਿਹੜੇ ਦਰਦ ਹੁੰਦੇ ਨੇ, ਕਿਹੜੇ ਕਿਹੜੀਆਂ ਗੱਲਾਂ ਤੇ ਕਿਹੜੇ ਕਿਹੜੇ ਉੱਥੇ ਗੱਲ ਮਿਲਣਾ ਹੋਈਆਂ। ਇਸ ਕਰਕੇ ਮੈਂ ਪਿੰਡ ਦੀ ਪੰਚਾਇਤ ਵੱਲੋਂ ਜੀ ਇਹ ਰਿਕੁਐਸਟ ਕਰਦਾ ਕਿ ਇਸ ਸਾਡੇ ਪਿੰਡ ਦੇ ਹੋਣਹਾਰ ਬੰਦੇ ਦੀ ਇਹ ਅਗਵਾਈ ਕੀਤੀ ਜਾਵੇ ਔਰ ਇਹਦੀ ਗੌਰ ਕੀਤਾ ਜਾਵੇ ਜੀ, ਜਲਦੀ ਤੋਂ ਜਲਦੀ। ਮੈਂ ਬੜਾ ਧੰਨਵਾਦੀ ਹੋਵਾਂਗਾ ਪੰਚਾਇਤ ਦਾ ਔਰ ਗੋਬਿੰਦ ਦਾ, ਮੇਰੇ ਸਾਬਕਾ ਸਰਪੰਚ, ਮੈਂ ਇਹ ਬੇਨਤੀ ਕਰੂੰਗਾ ਕਿ ਇਸ ਅਰਜ਼ੀ ਦੇ ਜਲਦ ਤੋਂ ਜਲਦ ਗੌਰ ਕੀਤਾ ਜਾਵੇ। ਅਸੀਂ ਹੁਣ ਵੀ ਚੁੱਪ ਕਰਕੇ ਸਹਿਣੇ ਨੇ ਗਏ ਚੁੱਪ ਕਰਕੇ।